सुप्रीम कोर्ट वालों जदों दा लिविंग रिलेशन दे विच रहण दी मंजूरी दित्ती गई है उस तो बाद बहुत सारे केसां विच वाधा नज़र आ रहा है। लोग कुड़ियां दा नजायज फायदा चुक रहे ने। इसे तरह का एक मामला अमृतसर तो भी सामने आया है जिस विच एक कुड़ी नूं 10 महीने तो बाद नौजवान वालों विआह दा झांसा दिता गया पर उसके नाल विआह नहीं करवाया गया जिस तो बाद हुण कुड़ी वालों मुंडे दे घर दे बाहर बह के प्रदर्शन किया जा रहा है ते प्रशासन तक अपनी आवाज़ बुलंद की जा रही है। उत्थे ही कुड़ी वालों इल्जाम लगाया जा रहा है कि उसके परिवारक मैंबर भी उसका साथ नहीं दे रहे जिस नौजवान वालों उस नाल 7 महीने तो शरीरक संबंध बनाए सन वह नौजवान भी हुण उसनू विआह का झांसा देने तो बाद उस नाल विआह नहीं करवा रहा। 9 महीने मैंने रख छड़िया पहला दो मेरे केस खराब किए तो हूँ कहिंदा भी मैं नहीं रखना तो इदा आप किराए तो रहने उधर जाके गल पैंदे माँ प्यो दा जो करवाउंदा बिकर करवाउंदा गोली गट्टा भी बिकर नहीं लाया नशे ते भी समैक बिकर वेचन दिया गोलियां बिकर वेचन दिया कैप्सूल बिकर वेचन दिया जो करवाउंदा बिकर करवाउंदा। तुसीं बैठे क्यों बैठे हो? बैठे इत्थे मैं कहिंदी भी मेरा मैनूं हक देण जां मैनूं मेरा घर वाला देण जां मैनूं मेरा हक देण जे मैनूं ना रख्या मैं अपनी जान दे देनी मैं मर जाणा इहदे सिर चढ़ के। ਉੱਥੇ ਹੀ ਦੂਜੇ ਪਾਸੇ ਕੁੜੀ ਦੇ ਮੁੱਦੇ ਨੂੰ ਚੁੱਕਣ ਵਾਲੇ ਵਿਅਕਤੀ ਨਿਤਿਨ ਗਿੱਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੁੜੀ ਦੇ ਨਾਲ ਅੰਮ੍ਰਿਤਸਰ ਤੋਂ ਹੀ ਮੋਢੇ ਨਾਲ ਮੋਢਾ ਲਾ ਕੇ ਉਸਨੂੰ ਇਨਸਾਫ ਦਿਵਾਉਣ ਲਈ ਕੋਸ਼ਿਸ਼ ਕਰਾਂਗੇ। ਅਸੀਂ ਕੁੜੀ ਨੂੰ ਕਦੇ ਵੀ ਖੁਦਕੁਸ਼ੀ ਨਹੀਂ ਕਰਨ ਦੇਵਾਂਗੇ। ਦੇਖੋ ਜੀ ਅਸੀਂ ਹਮੇਸ਼ਾ ਧੀਆਂ ਦੇ ਨਾਲ ਆ ਪੂਰੇ ਪੰਜਾਬ ਦੀਆਂ ਧੀਆਂ ਦੇ ਨਾਲ ਆ ਧੀਆਂ ਦਾ ਕੋਈ ਵਰਗ ਕੋਈ ਜਾਤ ਨਹੀਂ ਹੁੰਦੀ ਧੀਆਂ ਜਿਹੜੀਆਂ ਸਮਾਜ ਦੀਆਂ 50% ਜਨ ਨੇ ਉਹਨਾਂ ਦੇ ਨਾਲ ਹੈਗੇ ਆ ਅਤੇ ਮਨੀ ਗਿੱਲ ਵੱਲੋਂ ਜੋ ਵੀ ਬਣਦਾ ਹੋਏਗਾ ਜੇ ਉਹਦੇ ਨਾਲ ਜਾ ਕੇ ਬੈਠਣਾ ਪਵੇਗਾ ਉਹਨਾਂ ਦੇ ਘਰਾਂ ਦੇ ਬਾਹਰ ਜਾਂ ਥਾਣੇ ਦੇ ਬਾਹਰ ਮੁਜ਼ਾਹਰੇ ਕਰਨੇ ਪੈਣਗੇ ਜਾਂ ਭੰਡਾਰੀ ਪੁਲ 'ਤੇ ਬਹਿਣਾ ਪਵੇਗਾ ਜਾਂ ਕੋਈ ਚੌਂਕ ਘੇਰਨਾ ਪਵੇਗਾ 100% ਘੇਰਾਂਗੇ। ਕਦੀ ਵੀ ਕਿਸੇ ਧੀ ਨੂੰ ਇਨਸਾਫ ਤੋਂ ਵਾਂਝਾ ਨਹੀਂ ਰੱਖਿਆ ਜਾਏਗਾ ਉਹ ਪੰਜਾਬ ਨਹੀਂ ਬਣਾਇਆ ਜਾਏਗਾ ਜਿਹੜਾ ਪੰਜਾਬ ਭਗਵੰਤ ਜਿਹੜਾ ਪੰਜਾਬ ਧੀਆਂ ਦਾ ਸ਼ੋਸ਼ਣ ਕਰੇ ਉਹ ਪੰਜਾਬ ਕਦੀ ਨਹੀਂ ਬਣਨ ਦੇਵਾਂਗੇ। ਪੰਜਾਬ ਹਰਿਆ ਭਰਿਆ ਰਹੇਗਾ ਖੁਸ਼ਹਾਲੀ ਭਰਿਆ ਰਹੇਗਾ ਅਤੇ ਜਿਹੜਾ ਲਿਵਿੰਗ ਰਿਲੇਸ਼ਨ ਦਾ ਇੱਕ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਕੱਢਿਆ ਹੋਇਆ ਕਿ ਲਿਵਿੰਗ ਰਿਲੇਸ਼ਨ ਦੇ ਆਰਡਰ ਕਢਾ ਕੇ ਤੁਸੀਂ ਰਹਿ ਸਕਦੇ ਹੋ ਉਹ ਮੇਰੀ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਆ ਕਿ ਉਸ ਦੇ ਉੱਤੇ ਗੌਰ ਕੀਤਾ ਜਾਵੇ ਉਹ ਸਾਡੀ ਪੰਜਾਬ ਦੀ ਪੂਰੇ ਇੰਡੀਆ ਦੀ ਸੱਭਿਅਤਾ ਦੇ ਖਿਲਾਫ ਹੈਗਾ ਔਰ ਉਹਨਾਂ ਦੋ ਘਰ ਜਿਹੜੇ ਤਬਾਹ ਹੁੰਦੇ ਆ ਇੱਕ ਜਿਹੜੀ ਜਨਾਨੀ ਕਿਸੇ ਬੰਦੇ ਨਾਲ ਰਹਿ ਰਹੀ ਆ ਅਤੇ ਇੱਕ ਦੂਸਰੀ ਜਿਹੜੀ ਰਿਲੇਸ਼ਨ ਬਣਾ ਰਹੀ ਆ ਦੋਨਾਂ ਦੇ ਘਰ ਤਬਾਹ ਹੁੰਦੇ ਆ ਇਸ ਆਰਡਰ ਦੇ ਉੱਤੇ ਕਿਤੇ ਨਾ ਕਿਤੇ ਸੋਚਿਆ ਜਾਵੇ। ਇਹ ਭਾਅ ਜੀ ਅਜੇ ਤਾਂ ਸਾਲ ਹੀ ਹੋ ਚੱਲਿਆ ਹੋਣਾ ਜੀ ਇਹ ਮੁੰਡਾ ਕੁੜੀ ਨੂੰ ਲੈ ਗਿਆ ਸੀ ਫਿਰ ਉਹਨਾਂ ਚੌਂਕੀ ਤਲਾਹ ਦਿੱਤੀ ਸੀ ਉਹਦੇ ਮਾਂ ਪਿਓ ਨੇ ਅਤੇ ਜਦੋਂ ਚੌਂਕੀ ਫਿਰ ਇਹ ਰਾਜੀਨਾਮਾ ਹੋਇਆ ਸੀ ਅਸੀਂ ਗਏ ਹਾਂ ਉੱਥੇ ਵੀ ਇਹ ਮੁੰਡੇ ਨੇ ਆਖਿਆ ਸੀ ਇਹਨਾਂ ਨੇ ਪਰਿਵਾਰ ਨੇ ਵੀ ਇਹ ਵਿਆਹ ਕਰਾਊਗਾ ਮੁੰਡਾ ਅਤੇ ਬਾਅਦ 'ਚ ਮੁੰਡਾ ਫਿਰ ਇਹਨੂੰ ਕੁੜੀ ਨੂੰ ਲੈ ਕੇ 8-9 ਮਹੀਨੇ ਰਿਹਾ ਅਤੇ ਬਾਅਦ 'ਚ ਇਹਨੇ ਵਿਆਹ ਨਹੀਂ ਕਰਾਇਆ ਜਿਹੜਾ ਕੁੜੀ ਜਾਂਦੀ ਵੀ ਮੇਰਾ ਵਿਆਹ ਨਹੀਂ ਹੋਇਆ ਕਰਾਇਆ ਨਹੀਂ ਇਹਨੇ ਲਾਲਚ ਦਿੱਤਾ ਭਾਅ ਜੀ ਇਹੋ ਹੀ ਇਹਦੇ ਕੁੜੀ ਹੋਣੇ ਉਹ ਆਉਂਦੀ ਵੀ ਵਿਆਹ ਕਰਾਉਣਾ ਇਹਦੇ ਨਾਲ ਜੋ ਮੁੰਡੇ ਨੇ ਭਾਅ ਜੀ ਸਾਲ ਉਹਨੂੰ ਰੱਖ ਛੱਡਿਆ ਲਾਗੇ ਉੱਥੇ ਰੂਪਾ ਕੋਈ ਲਾਗੇ ਉਹਦੇ ਘਰ ਉੱਥੇ ਕਿਰਾਏ 'ਤੇ ਰਹਿੰਦੇ ਰਹੇ ਕੁੜੀ ਮੁੰਡਾ ਲਾਗੇ ਪਿੰਡ 'ਚ ਇਹ ਤਾਂ ਭਾਅ ਜੀ ਸਾਰੇ ਪਿੰਡ ਨੂੰ ਪਤਾ ਜੋ ਇਕੱਲਾ ਬੱਚਾ ਬੱਚਾ ਆਖੂਗਾ ਵੀ ਇਹ ਮੁੰਡੇ ਨੇ ਕੁੜੀ ਨੂੰ ਖੜਿਆ ਸੀ ਕੌਂਸਲ ਸਾਹਿਬ ਸਾਡੇ ਮੌਜੂਦਾ ਕੌਂਸਲ ਆ ਇੱਥੇ ਉਹ ਵੀ ਨਾਲ ਹੀ ਸਾਡੇ ਉੱਥੇ ਸ਼ਾਮਲ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਯੁਗ ਮਾਰਗ ਟੀਵੀ।